ਤੁਹਾਨੂੰ ਵੱਡੀ ਖਬਰ ਦਿਖਾ ਰਹੇ ਹਾਂ ਖਰੜ ਤੋਂ। ਖਰੜ ਦੇ ਜਲਵਾਯੂ ਟਾਵਰ ਦੇ ਇੱਕ ਫਲੈਟ 'ਚੋਂ 24 ਸਾਲ ਕਿਰਨਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਲਾਸ਼ ਲੜਕੀ ਦੇ ਮਾਪਿਆਂ ਨੇ ਸਿਵਲ ਹਸਪਤਾਲ ਦੇ ਗੇਟ 'ਤੇ ਰੱਖ ਕੇ ਰੋਸ ਜਤਾਇਆ ਅਤੇ ਕਿਹਾ ਕਿ ਲੜਕੀ ਦਾ ਹੋਇਆ ਹੈ ਕਤਲ। ਪੁਲਿਸ ਨੇ ਲੜਕੀ ਦੇ ਪਿਤਾ ਹਰਦੀਪ ਸਿੰਘ ਦੇ ਬਿਆਨਾਂ 'ਤੇ 306 ਦਾ ਮੁਕੱਦਮਾ ਕੀਤਾ ਦਰਜ। ਘਰਵਾਲਾ ਅਤੇ ਸੱਸ ਅਤੇ ਸਹੁਰੇ ਕੀਤੇ ਨਾਮਜ਼ਦ, ਜਲਦ ਕੀਤੇ ਜਾਣਗੇ ਗ੍ਰਿਫਤਾਰ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ SHO ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸਦਰ ਥਾਣੇ ਦਾ ਹੈ। ਫਿਲਹਾਲ ਲੜਕੀ ਦਾ ਘਰਵਾਲਾ ਹਰਜੋਤ ਸਿੰਘ ਅਤੇ ਸੱਸ ਕੁਲਦੀਪ ਕੌਰ ਅਤੇ ਸਹੁਰਾ ਧਰਮ ਸਿੰਘ ਦੇ ਖਿਲਾਫ 306 ਦਾ ਮੁਕੱਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਕੱਲ੍ਹ ਨੂੰ ਡਾਕਟਰਾਂ ਦਾ ਬੋਰਡ ਗਠਿਤ ਕਰਕੇ ਪੋਸਟਮਾਰਟਮ ਕੀਤਾ ਜਾਵੇਗਾ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਦੇਖੋ ਜੀ, ਅਸੀਂ ਕੱਲ ਦੇ ਹੈਰਾਨ ਹੋ ਰਹੇ ਹਾਂ ਜੀ। ਅਸੀਂ ਅੱਜ ਸਾਰਾ ਦਿਨ ਸਾਡਾ ਇੱਥੇ ਲੰਘ ਗਿਆ ਜੀ। ਕਿੱਥੇ ਵਿਆਹੀ ਦੀ ਇਹ ਵਿਆਹੀ ਵੀ ਦੀ ਜੀ? ਨਨੇੋਲਾ ਪਿੰਡ ਹੈ ਜੀ। ਇੱਥੇ ਰਹਿੰਦੇ ਤੇ ਜੀ, ਉਹ ਫਲੈਟ 'ਚ ਰਹਿੰਦੇ ਤੇ ਜਿੱਥੇ ਉਹ ਮੋਹਾਲੀ ਉਹਦੇ 'ਚ ਲੱਗਿਆ ਪਤਾ ਜੀ, ਟਰੈਕਟਰ ਫੈਕਟਰੀ 'ਚ ਸਵਰਾਜ। ਇਹਦਾ ਤਾਂ ਆਪਣਾ ਜਲਬਾਈ ਜਲਵਾਯੂ ਜਲਬਾਈ ਟਾਵਰ ਜੀ। ਇਹ ਵਿਆਹ ਹੋਏ ਨੂੰ 1 ਸਾਲ 1 ਮਹੀਨਾ ਹੋਇਆ ਜੀ ਹਜੇ। ਹਾਂਜੀ, ਗੱਲ ਕੀ ਹੋਈ ਫਿਰ? ਇਹ ਗੱਲ ਹੋਈ ਜੀ, ਇਹ ਜਦ ਉਰੇ ਜਾਂਦੇ ਤੇ ਉੱਥੇ 1-2 ਦਿਨ ਪਿੰਡ ਲਾਣ ਜਾਂਦੇ ਤੇ ਜੀ, ਉੱਥੇ ਪਿੰਡ ਗਏ ਜੀ। ਜਿੱਦਣ ਪਿੰਡ ਆਪਣੇ ਨਨੇੋਲੇ ਜੀ, ਹਾਂਜੀ ਅੰਬਾਲੇ ਜ਼ਿਲ੍ਹੇ 'ਚ ਪੈਂਦਾ, ਉਹਨਾਂ ਨੇ ਕੇ ਕਰਿਆ ਜੀ ਰਾਤ ਨੂੰ। ਇਹ ਸਾਡੀ ਲੜਕੀ 12 ਵਜੇ ਕੁੱਟੀ ਜੀ, ਇਹਨਾਂ ਨੇ ਸੱਟਾਂ ਮਾਰੀਆਂ ਜੀ ਇਹਦੇ ਕੁੱਟ ਕੇ। ਚਲੋ ਉਸਨੇ ਸਾਡੇ ਕੋਲ ਫੋਨ ਕਰਿਆ ਜੀ 12 ਵਜੇ ਵੀ ਅਸੀਂ ਚਲੋ 10-15 ਕਿਲੋਮੀਟਰ ਦਾ ਰਾਤ ਨੂੰ ਨਹੀਂ ਜਾ ਸਕਦੇ ਤੇ ਜੀ। ਉਸ ਤੋਂ ਬਾਅਦ ਉਹਨਾਂ ਨੇ ਕੇ ਕਰਿਆ ਤੜਕੇ ਨੂੰ 5-6 ਵਜੇ ਇੱਕ ਲੜਕੀ ਦਾ ਸਹੁਰਾ, ਇੱਕ ਇਹਦਾ ਨਨਦੋਈਆ, ਦੋ ਇਹਨਾਂ ਨੂੰ ਸਾਡੇ ਕੋਲ ਛੱਡ ਗਏ ਜੀ ਤੜਕੇ। ਹਾਂਜੀ, ਉਸ ਤੋਂ ਬਾਅਦ ਦੂਜੇ ਦਿਨ ਫਿਰ ਕੱਲ੍ਹ ਉਹਨਾਂ ਨੇ ਕੀ ਕਰਿਆ ਜੀ, ਪ੍ਰਾਹੁਣੇ ਨੇ ਫੋਨ ਕਰਕੇ, ਗੁਰਜੋਤ ਸਿੰਘ ਹੈ ਜੀ ਦਾ ਮੁੰਡੇ ਦਾ ਨਾਂ ਜੀ, ਉਹਨੇ ਇਹ ਇੱਥੇ ਫਲੈਟ 'ਚ ਬੁਲਾ ਲਈ ਜੀ ਫਿਰ। ਹਾਂਜੀ, ਇੱਥੇ ਬੁਲਾ ਕੇ ਇੱਥੇ ਇਹਨਾਂ ਨੇ ਇਹ ਮਾਰਤੀ ਜੀ। ਤੇ ਹੁਣ ਤੁਹਾਡੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀ ਹੈ ਜੀ? ਮੰਗਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਸਾਨੂੰ ਕੋਈ ਇਨਸਾਫ ਹੀ ਨਹੀਂ ਮਿਲ ਰਿਹਾ ਜੀ। ਅਸੀਂ ਹੈਰਾਨ ਹੋ ਰਹੇ ਜੀ, ਕੱਲ ਸਾਰਾ ਦਿਨ ਲੰਘਿਆ, ਰਾਤ ਲੰਘੀ, ਅੱਜ ਸਾਡਾ ਦਿਨ ਲੰਘਿਆ, ਫਿਰ ਰਾਤ ਲੰਘੀ, ਉਹ ਆਰਾਮ ਤੇ ਬਾਹਰ ਫਿਰ ਰਹੇ ਜੀ ਸਾਰਾ। ਕੋਈ ਉਹਨਾਂ ਚੋਂ ਇੱਕ ਬੰਦਾ ਕੋਈ ਅਰੈਸਟ ਨਹੀਂ ਕਰਿਆ ਜੀ ਹਾਲੇ ਤੱਕ। SHO ਸਵੇਰ ਤੋਂ ਤੰਗ ਕਰ ਰਹੀ ਹੋ? ਆ ਰਹੇ ਆਉਂਦੇ ਹੀ ਨੇ ਜੀ। ਦੇਖੋ ਕੱਲ 3 ਵਜੇ ਦਾ ਹੋਇਆ ਬਾਈ ਬਾਰਡਰ, ਅੱਜ ਟਾਈਮ ਦੇਖੋ ਕਿਹੜਾ ਹੋ ਗਿਆ, ਇਸ ਤੇ ਉੱਪਰ ਹੋਰ ਕਿਆ ਹੋ ਸਕਾ। ਪਰਚਾ ਕੱਲ ਕਿਉਂ ਨਹੀਂ ਹੋਇਆ? ਬੰਦੇ ਅਰੈਸਟ ਕੱਲ ਕਿਉਂ ਨਹੀਂ ਹੋਏ? ਇਹ ਤੱਕ ਨਹੀਂ ਹੋਏ, ਕੱਲ ਕਰਦੇ ਨੇ ਫਿਰ ਸਾਰਾ ਲੰਘ ਜਾਏਗਾ। ਹਾਂਜੀ, ਦੇਖੋ ਹੁਣ ਤੱਕ ਪੋਸਟਮਾਰਟਮ ਨਹੀਂ ਹੋਇਆ ਜੀ, ਕੱਲ ਗਏ ਮੈਨੂੰ ਗੁੰਮਰਾਹ ਕਰੇ ਜਾ ਰਿਹਾ। ਸਾਨੂੰ 3-4 ਵਜੇ ਮਿਲੀ ਹੈ ਜੀ। ਹਾਂਜੀ, 4 ਵਜੇ ਮਿਲੀ ਅਸੀਂ ਉਰੇ, ਇਹ ਡੈਡ ਬੋਡੀ ਉਹ ਮੈਕਸੀਮ ਹਸਪਤਾਲ 'ਚ ਜੀ। ਹਾਂਜੀ ਹਾਂਜੀ, ਜਲਵਾਯੂ ਟਾਵਰ ਤੋਂ ਇੱਕ ਔਰਤ ਦੀ ਲਾਸ਼ ਮਿਲੀ ਹੈ ਜੀ, ਅੱਜ ਉਹਨਾਂ ਨੇ ਖਰੜ ਸਿਵਲ ਹਸਪਤਾਲ ਦੇ ਬਾਹਰ ਹੀ ਰੱਖ ਦਿੱਤੀ ਹੈ। ਕੀ ਕਹਿਣਾ ਚਾਹੁੰਦੇ, ਮਸਲਾ ਕੀ ਹੈ ਜੀ? ਇਹਦੇ ਸੰਬੰਧ ਵਿੱਚ ਇਹ ਬਕੂਆ ਥਾਣਾ ਸਦਰ ਦਾ ਪੈਂਦਾ ਤੇ SHO ਸਦਰ ਅੱਜ ਡਿਊਟੀ ਗਏ ਹੋਏ ਨੇ ਧਰਨਾ ਤੇ, ਉਹਨਾਂ ਦੀ ਜਗ੍ਹਾ ਮੈਂ ਹੁਣ ਮੈਨੂੰ ਪਤਾ ਲੱਗਿਆ ਸੀ, ਮੈਂ ਹੁਣ ਪਹੁੰਚਿਆ ਇੱਥੇ। ਇਸ ਸੰਬੰਧ ਵਿੱਚ ਲੜਕੀ ਦੇ ਫਾਦਰ ਦੇ ਬਿਆਨ ਤੇ ASI ਕੁਲਵਿੰਦਰ ਸਿੰਘ ਵੱਲੋਂ 306 ਦਾ ਪਰਚਾ ਦਰਜ ਕੀਤਾ ਗਿਆ ਤੇ ਇਹ ਪਰਚਾ ਜਿਹੜਾ ਹੈਗਾ ਲੜਕੀ ਦੇ ਪਤੀ ਗੁਰਜੋਤ ਸਿੰਘ ਤੇ ਸੱਸ ਕੁਲਦੀਪ ਕੌਰ ਤੇ ਸਹੁਰਾ ਧਰਮ ਸਿੰਘ ਦੇ ਖਿਲਾਫ਼ ਪਰਚਾ ਦਰਜ ਹੋਇਆ ਤੇ ਇਹ ਲੜਕੀ ਜਿਹੜੀ ਇਹਦਾ ਸਵੇਰੇ ਡਾਕਟਰਾਂ ਦੇ ਬੋਰਡ ਤੋਂ ਅਸੀਂ ਪੋਸਟਮਾਰਟਮ ਕਰਾਵਾਂਗੇ। ਬਾਕੀ ਡਾਕਟਰ ਦੀ ਰਿਪੋਰਟ ਮੁਤਾਬਕ, ਮੈਡੀਕਲ ਰਿਪੋਰਟ ਮੁਤਾਬਕ ਜੋ ਵੀ ਅੱਗੇ ਜੁਰਮ 'ਚ ਵਾਧਾ ਕਰਨਾ ਪਿਆ, ਜੁਰਮ 'ਚ ਵਾਧਾ ਵੀ ਕਰ ਦਿਆਂਗੇ। ਨਹੀਂ ਜੀ, ਅੱਜ ਤਾਂ ਪਰਚਾ ਤਾਂ ਹੁਣੀ ਦਰਜ ਹੋਇਆ ਨਾ ਜੀ। ਕੋਈ ਜਾਣਕਾਰ ਸੀ ਪਹਿਲਾਂ ਮੈਕਸ ਹੋਸਪਿਟਲ ਚ ਲੈ ਕੇ ਸੀ, ਉੱਥੋਂ ਅੱਜ ਕੁਲਵਿੰਦਰ ਸਿੰਘ ਸਹੀ ਡੈਡ ਬੋਡੀ ਇੱਥੇ ਲੈ ਕੇ ਆਏ ਨੇ ਜੀ ਤੇ ਉਸ ਤੋਂ ਬਾਅਦ ਬਿਆਨ, ਉਹਨਾਂ ਦੇ ਬਿਆਨ ਲੈ ਕੇ ਬਾਕੀ ਪਰਚਾ ਦਰਜ ਕੀਤਾ। ਪਰਿਵਾਰ ਲੇਟ ਹੈ, ਥੋੜਾ ਲੇਟ ਹੋ ਗਿਆ ਸੀ ਬਿਆਨ। ਪਰਿਵਾਰ ਦੇ ਕਿਹੜੇ ਮੈਂਬਰ ਦੇ ਬਿਆਨ ਲਏ? ਲੜਕੀ ਦੇ ਫਾਦਰ ਦੇ ਬਿਆਨ ਤੇ ਪਰਚਾ ਕਾਰਵਾਈ ਕੀਤੀ ਹੈ, ਜੋ ਬਿਆਨ ਦੇ ਤੱਕ ਬਣਦੀ ਕਾਰਵਾਈ ਸਹੀ ਕਰ ਦਿੱਤੀ। ਅਗਰ ਡਾਕਟਰਾਂ ਦੇ ਬੋਰਡ ਮੁਤਾਬਕ ਜੋ ਵੀ ਅਗਰ ਜੁਰਮ 'ਚ ਵਾਧਾ ਘਾਟਾ ਕਰਨਾ ਪਿਆ, ਉਹਦੇ ਮੁਤਾਬਕ ਵੀ ਕਾਰਵਾਈ ਹੋ ਜਾਏਗੀ। ਨਹੀਂ ਜੀ, ਅਗਰ ਕੋਈ ਫੇਰ ਵੀ ਸਟੇਟਮੈਂਟ ਕੋਈ ਦੇਣੀ ਚਾਹੁੰਦੇ, ਸਪਲੀਮੈਂਟ ਸਟੇਟਮੈਂਟ ਹੋ ਜਾਏਗੀ, ਕੋਈ ਗੱਲ ਜੀ। ਦੇਖੋ ਜੀ, ਉਹ ਤਾਂ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਹੀ, ਮੈਡੀਕਲ ਦੀ ਰਿਪੋਰਟ ਦੇ ਆਧਾਰ ਤੇ ਹੀ ਹੋਣਾ, ਠੀਕ ਹੈ ਜੀ।
अगर कोई इन्हां नूं लगदा वी किसे होर बंदे दा वी कोई कोई अक्यूज बनदा है ते सानूं सप्लीमेंट स्टेटमेंट देण असीं दे देंगे। परिवार दे मैंबर कह रहे हैं जी, लड़की दे परिवारिक मैंबर कह रहे हैं कि इस नूं उन्हां दे परिवार दा इक होर जीत है जिहड़ा हजे तीन जणे दे खिलाफ है, जदके जिहड़ा लेके गया था डेड बॉडी ਦੇਖੋ ਐਸ ਐਚ ਓ ਸਦਰ ਨੇ ਟੀਮ ਬਣਾ ਦਿੱਤੀ ਹੈ ਜੀ, ਤੇ ਅੱਜ ਹੀ ਰੇਡ ਕਰ ਦੇਣਗੇ ਜਾ ਕੇ।